ਜਿਵੇਂ ਹੁਣ ਆਪਾਂ ਸੰਗਰੂਰ ਦੀ ਗੱਲ ਕਰ ਰਹੇ ਹਾਂ, ਸੰਗਰੂਰ ਦੀ ਜੇ ਗੱਲ ਕਰੀਏ ਤਾਂ ਮੀਥੇਅਰ ਹੈ, ਮੰਤਰੀ ਮੀਥੇਅਰ ਨੇ, ਸਿਮਰਨਜੀਤ ਮਾਨ ਪਿਛਲੀ ਵਾਰ ਜਿੱਤੇ ਸੀਗੇ, ਹੁਣ ਨਾਲ ਅਕਾਲੀ ਦਲ ਨੇ ਜਿਹੜੇ ਇਕਬਾਲ ਸਿੰਘ ਝੁੰਦਾ ਉਤਾਰੇ ਨੇ, ਹੈ ਨਾ, ਅਤੇ ਉੱਥੇ ਵੀ ਕਾਫੀ ਕੰਪੀਟੀਸ਼ਨ ਲੱਗਦਾ ਨਜ਼ਰ ਆ ਰਿਹਾ। ਬਿਲਕੁਲ, ਸੰਗਰੂਰ ਦੇ ਵਿੱਚ ਤਾਂ ਦੇਖੋ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਕਿ ਸੰਗਰੂਰ ਦਾ ਤਾਂ ਇੰਨਾ ਕੁ ਇੰਟਰਸਟਿੰਗ ਮੂਡ ਰਹਿੰਦਾ ਕਿ ਕੋਈ ਮਤਲਬ ਸ਼ੀਟ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਹੋ ਸਕਦੀ ਹੈ, ਤੁਸੀਂ ਜੇ ਇੱਕ ਅੰਕੜਿਆਂ 'ਤੇ ਜਾਓਗੇ ਤਾਂ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਇੱਕੇ ਥਾਂ ਤੋਂ ਕਮਿਊਨਿਸਟ ਵੀ ਜਿੱਤ ਜਾਣ ਅਤੇ ਖਾਲਿਸਤਾਨੀ ਵੀ ਜਿੱਤ ਜਾਣ, ਅਤੇ ਆਪਣੇ ਆਪ ਦੇ ਵਿੱਚ ਬੜਾ ਅਜੀਬ ਗੱਲ ਹੈ, ਮਤਲਬ ਬੜੀ ਇੰਟਰਸਟਿੰਗ ਹੈ, ਤੁਸੀਂ ਸੋਚ ਕੇ ਦੇਖੋ ਅਤੇ ਕਿਵੇਂ ਹੋ ਸਕਦੀਆਂ ਨੇ ਇਹ ਚੀਜ਼ਾਂ ਜੇ ਤੁਸੀਂ ਅੰਕੜਿਆਂ ਦੇ ਧਰਮਾਂ ਦੇ ਜਾਤਾਂ ਦੇ ਆਧਾਰ 'ਤੇ ਜਾਓਗੇ ਤਾਂ ਇਹ ਦੋਵੇਂ ਖਾਲਿਸਤਾਨੀ ਸੋਚ ਅਤੇ ਕਮਿਊਨਿਸਟ ਵਾਲੀਆਂ ਸੋਚ ਦੋਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜੀਆਂ ਦਿਖਾਈ ਦਿੰਦੀਆਂ ਨੇ, ਪਰ ਦੋਨਾਂ ਦੇ ਕੈਂਡੀਡੇਟ ਇੱਥੋਂ ਜਿੱਤਦੇ ਰਹੇ ਆ, ਅਕਾਲੀ ਦਲ ਫਤਿਹ ਦਾ ਕੈਂਡੀਡੇਟ ਵੀ ਇੱਥੋਂ ਜਿੱਤਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਵੀ ਇੱਥੋਂ ਜਿੱਤਦਾ ਰਿਹਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜੜ ਵੀ ਸੰਗਰੂਰ ਵਾਲਿਆਂ ਨੇ ਲਾਇਆ। ਅਤੇ ਤੁਸੀਂ ਗੱਲ ਕੀਤੀ ਕਿ ਮੀਤ ਹੇਰੂ ਨੇ ਮੰਤਰੀ ਸਾਹਿਬ ਇਸ ਵਾਰ ਸੰਗਰੂਰ ਤੋਂ ਲੜ ਰਹੇ ਨੇ, ਬਰਨਾਲਾ ਤੋਂ ਉਹ 2017 ਦੇ ਵਿੱਚ ਜਿੱਤੇ ਅਤੇ 2022 ਦੇ ਵਿੱਚ ਵੀ ਜਿੱਤੇ, ਅਤੇ ਦੂਜੇ ਪਾਸੇ ਜਿਹੜੇ ਇਕਬਾਲ ਸਿੰਘ ਝੁੰਦਾ ਹੋਰੀ ਨੇ ਅਮਰਗੜ੍ਹ ਤੋਂ ਜਿੱਤਦੇ ਆ ਇੱਕ ਵਾਰ, ਅਤੇ ਧੂਰੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ, ਅਤੇ ਅਮਰਗੜ੍ਹ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਉਹਦੇ ਵਿੱਚ ਹੈ, ਅਤੇ ਅਮਰਗੜ੍ਹ ਤੋਂ ਉਹ 2012 ਦੇ ਵਿੱਚ ਜਿੱਤਦੇ ਆ ਇਕਬਾਲ ਸਿੰਘ ਝੁੰਦਾ, ਅਤੇ 2007 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤਦੇ ਆ ਉਹ ਧੂਰੀ ਤੋਂ। ਇਸ ਕਰਕੇ ਅਕਾਲੀ ਦਲ ਨੇ ਜਿਸ ਤਰ੍ਹਾਂ ਦੇ ਸੁਖਬੀਰ ਬਾਦਲ ਹੋਰਾਂ ਦੇ ਬਿਆਨ ਆ ਰਹੇ ਨੇ, ਅਤੇ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਕਹਿੰਦੇ ਕਿ ਮੈਂ ਪਹਿਲਾਂ ਹੀ ਕਮਿਟਮੈਂਟ ਕੀਤੀ ਹੋਈ ਸੀ ਝੁੰਦਾ ਸਾਹਿਬ ਨੂੰ ਕਿ ਤੁਹਾਨੂੰ ਟਿਕਟ ਦੇਣੀ ਹੈ, ਅਤੇ ਅਕਾਲੀ ਦਲ ਦੇ ਲਈ ਜਦ 2004 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜਿੱਤਦੇ ਆ, ਉਦੋਂ ਤਾਂ ਜਿੱਤੀ ਜਾਂਦੇ ਆ, ਚੰਗੀਆਂ ਵੋਟਾਂ ਰਹਿੰਦੀਆਂ ਨੇ, ਅਤੇ ਜਿਹੜਾ 9 ਦੇ ਵਿੱਚ ਵੀ ਉਹ ਵੋਟਾਂ ਬੜੀਆਂ ਵੱਡੀ ਗਿਣਤੀ ਦੇ ਵਿੱਚ ਲੈ ਕੇ ਜਾਂਦੇ ਆ ਜਦੋਂ ਵਜਿੰਦਰ ਸਿੰਘ MP ਬਣਦੇ ਆ, 2014 ਦੇ ਵਿੱਚ ਜਦੋਂ ਭਗਵੰਤ ਮਾਨ ਹੋਰੀ MP ਬਣਦੇ ਆ ਉਦੋਂ ਵੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਚੰਗੀਆਂ ਵੋਟਾਂ ਪੈਂਦੀਆਂ ਨੇ, 3 ਲੱਖ, 3.25 ਲੱਖ, ਕਦੇ 3.25 ਲੱਖ, ਅਤੇ ਜਦੋਂ ਪਰਮਿੰਦਰ ਢੀਂਡਸਾ ਦੂਜੀ ਵਾਰ MP ਬਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਅਤੇ ਉਦੋਂ ਵੀ ਚੰਗੀਆਂ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਆ ਜਦ ਤੱਕ ਢੀਂਡਸਾ ਪਰਿਵਾਰ, ਹਾਲਾਂਕਿ ਬਰਨਾਲਾ ਸਾਹਿਬ ਵੀ MP ਰਹੇ ਆ ਇੱਥੋਂ, ਅਤੇ ਰਾਮੋਵਾਲੀਆ ਸਾਹਿਬ ਵੀ ਰਹੇ ਆ ਅਤੇ ਅਕਾਲੀ ਦਲ ਦੀ ਸੀਟ ਤੋਂ, ਅਤੇ ਪਰ ਢੀਂਡਸਾ ਪਰਿਵਾਰ ਦਾ ਚੰਗਾ ਆਧਾਰ ਉੱਥੇ ਮੰਨਿਆ ਜਾਂਦਾ, ਅਤੇ ਅਕਾਲੀ ਦਲ ਦੀ ਪੱਕੀ ਵੋਟ ਬੈਂਕ ਹੈ, ਉਹਦਾ ਫਾਇਦਾ ਜਿਹੜਾ ਢੀਂਡਸਾ ਪਰਿਵਾਰ ਨੂੰ ਮਿਲਦਾ ਜ਼ਰੂਰ ਹੈ। ਪਰ ਇਸ ਵਾਰ ਨਵੇਂ ਚਿਹਰੇ ਉੱਤੇ ਜਿਹੜੇ ਕਿ ਅਮਰਗੜ੍ਹ ਤੋਂ ਵਿਧਾਇਕ ਬਣੇ ਸੀ ਅਤੇ ਧੂਰੀ ਤੋਂ ਧੂਰੀ ਸੰਗਰੂਰ ਲੋਕ ਸਭਾ ਦੇ ਵਿੱਚ ਹੈ, ਅਤੇ ਅਮਰਗੜ੍ਹ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਅਤੇ ਝੁੰਦਾ ਸਾਹਿਬ ਉਹ ਢੀਂਡਸਾ ਪਰਿਵਾਰ ਜਿੰਨੀਆਂ ਵੋਟਾਂ ਲਿਜਾ ਪਾਉਣਗੇ ਜਾਂ ਨਹੀਂ ਲਿਜਾ ਪਾਉਣਗੇ, ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੀ ਇਸ ਸ਼ਰਤ 'ਤੇ ਹੋਇਆ ਕਿ ਉਹ ਪਰਮਿੰਦਰ ਨੂੰ ਟਿਕਟ ਦੇਣਾ ਚਾਹੁੰਦੇ ਨੇ, ਅਤੇ ਉਹਨਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਸੀ, ਪਰ ਅਚਾਨਕ ਝੁੰਦਾ ਸਾਹਿਬ ਦਾ ਲਿਸਟ ਦੇ ਵਿੱਚ ਨਾਮ ਆਉਂਦਾ, ਅਤੇ ਉਸ ਤੋਂ ਬਾਅਦ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਅਤੇ ਇਸ ਦੇ ਵਿਚਾਲੇ ਬਾਦਲ ਸਾਹਿਬ ਹੋਰਾਂ ਦਾ ਵੀ ਬਿਆਨ ਆਉਂਦਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੈ ਜਿਹੜੀ ਢੀਂਡਸਾ ਪਰਿਵਾਰ ਦੇ ਨਾਲ ਨਹੀਂ ਹੋਈ, ਅਤੇ ਨਾ ਹੀ ਉਹਨਾਂ ਨੇ ਮੇਰੇ ਨਾਲ ਕੀਤੀ ਸੀ ਕਿ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ, ਅਤੇ ਉਸ ਤੋਂ ਬਾਅਦ ਸ਼ਾਮਿਲ ਹੋਣ ਤੋਂ ਬਾਅਦ ਜ਼ਰੂਰ ਇੱਕ ਦੋ ਵਾਰ ਗੱਲਬਾਤ ਹੋਈ ਹੈ ਕਿ ਪਰਮਿੰਦਰ ਨੇ ਕਿਹਾ ਕਿ ਮੈਂ ਚੋਣ ਲੜਨਾ ਚਾਹੁੰਦਾ ਵੀ ਮੈਨੂੰ ਉੱਥੋਂ ਟਿਕਟ ਚਾਹੀਦੀ ਹੈ, ਪਰ ਗੱਲਬਾਤ ਹੈ ਜਿਹੜੀ ਉਹ ਝੁੰਦਾ ਸਾਹਿਬ 'ਤੇ ਖੜ ਜਾਂਦੀ ਹੈ। ਅਤੇ ਹੁਣ ਤੀਜਾ ਕੈਂਡੀਡੇਟ ਨੇ ਸੁਖਪਾਲ ਸਿੰਘ ਖਹਿਰਾ, ਕਾਂਗਰਸ ਵੱਲੋਂ ਪੰਥਕ ਵੋਟਾਂ ਨੂੰ ਪ੍ਰਭਾਵਿਤ ਕਰਨਗੇ, ਪੰਥਕ ਲੋਕਾਂ ਨੂੰ ਪ੍ਰਭਾਵਿਤ ਕਰਨਗੇ, ਲਗਾਤਾਰ ਉਹ ਅਜਿਹੇ ਮੁੱਦੇ ਚੁੱਕਦੇ ਰਹੇ ਆ ਜਦ ਤੋਂ ਜੇਲ੍ਹ ਤੋਂ ਵਾਪਸ ਆਏ ਆ। ਅਤੇ ਇੱਕ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਦਾ ਬਹੁਤ ਖਾਸ ਰਿਸ਼ਤਾ ਰਿਹਾ,
ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਜੇ ਕਿਸੇ ਦੇ ਵਿਰੁੱਧ ਬੋਲਦੀ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਸੁਖਪਾਲ ਖਹਿਰਾ ਨੇ, ਅਤੇ ਸੁਖਪਾਲ ਖਹਿਰਾ ਵੀ ਉਸੇ ਤਰ੍ਹਾਂ ਜੇ ਆਮ ਆਦਮੀ ਪਾਰਟੀ ਦੇ ਵਿਰੁੱਧ ਕੋਈ ਬੋਲਦਾ ਤਾਂ ਸਭ ਤੋਂ ਵੱਧ ਸੁਖਪਾਲ ਖਹਿਰਾ ਹੀ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਨੇ, ਅਤੇ ਸਿਮਰਜੀਤ ਸਿੰਘ ਮਾਨ ਅਤੇ ਸੁਖਪਾਲ ਖਹਿਰਾ ਇੱਕ ਦੂਜੇ ਦੀਆਂ ਵੋਟਾਂ ਜ਼ਰੂਰ ਤੋੜਨਗੇ। ਇਸ ਦੇ ਵਿਚਾਲੇ ਇੱਕ ਹੋਰ ਇੰਟਰਸਟਿੰਗ ਗੱਲ ਇਹ ਹੈ ਕਿ ਦਲਬੀਰ ਗੋਲਡੀ ਵੀ ਹੁਣ ਆਮ ਆਦਮੀ ਪਾਰਟੀ ਦਾ ਹੀ ਹਮਾਇਤ ਕਰਦੇ ਹੋਏ ਦਿਖਾਈ ਦੇਣਗੇ ਧੂਰੀ ਤੋਂ, ਜਿਹੜੇ ਕਿ 2017 ਦੇ ਵਿੱਚ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਰਹੇ ਅਤੇ ਸਟੂਡੈਂਟ ਪੋਲੀਟਿਕਸ ਤੋਂ ਉਹ ਪੰਜਾਬ ਯੂਨੀਵਰਸਿਟੀ ਤੋਂ ਉਹ ਪੋਲੀਟਿਕਸ ਦੇ ਵਿੱਚ ਆਏ ਨੇ, ਅਤੇ ਨਾਰਾਜ਼ਗੀ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਦਿਖਾਈ ਆ ਉਹਨਾਂ ਨੇ, ਕਿਉਂਕਿ ਜਦ ਕਹਿੰਦੇ ਕਿ ਕੋਈ ਨਹੀਂ ਮਿਲਿਆ ਸੀ ਬਾਈ ਇਲੈਕਸ਼ਨ ਦੇ ਵਿੱਚ ਲੜਨ ਨੂੰ ਤਾਂ ਦਲਬੀਰ ਗੋਲਡੀ ਨੂੰ ਖੜਾ ਦਿੱਤਾ ਗਿਆ, ਅਤੇ ਉਸ ਦੇ ਵਿੱਚ ਕੋਈ ਚੰਗੇ ਹਾਲਾਤ 80,000 ਦੇ ਨੇੜੇ ਤਾਂ ਤੇੜੇ 89,000 ਦੇ ਨੇੜੇ ਤੇੜੇ ਜਿਹੜੀਆਂ ਕੁਛ ਕੁ ਵੋਟਾਂ ਹੋਰ ਉਹਨਾਂ ਨੂੰ ਪਈਆਂ ਸੀ, ਅਤੇ ਉਸ ਵੇਲੇ ਅਕਾਲੀ ਦਲ ਦਾ ਵੀ ਬੁਰਾ ਹਾਲ ਹੀ ਰਿਹਾ ਸੀ, ਅਕਾਲੀ ਦਲ ਉਹਨਾਂ ਤੋਂ ਵੀ ਪਛੜਿਆ ਸੀ, ਅਤੇ ਇਸ ਕਰਕੇ ਜਿਹੜੀ ਕਾਡਰ ਵੋਟ ਸੀ ਉਹ ਬਾਈ ਇਲੈਕਸ਼ਨ ਦੇ ਵਿੱਚ ਜ਼ਰੂਰ ਟੁੱਟੀ ਸੀ, ਅਤੇ ਸਿਮਰਜੀਤ ਸਿੰਘ ਬੈਂਸ ਮਾਫ਼ ਕਰਨਾ ਸਿਮਰਜੀਤ ਮਾਨ ਕਹਿੰਦੇ ਇਮੋਸ਼ਨਲ ਵੋਟਾਂ ਦੇ ਨਾਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ, ਪਰ ਸਿਮਰਜੀਤ ਮਾਨ 2004 ਦੇ ਵਿੱਚ ਵੀ ਚੰਗੀਆਂ ਵੋਟਾਂ ਲੈ ਜਾਣ ਦੇ ਵਿੱਚ ਕਾਮਯਾਬ ਰਹੇ ਨੇ, ਇੱਥੋਂ 99 ਦੇ ਵਿੱਚ ਵੀ ਰਹੇ, ਅਤੇ 99 ਦੇ ਵਿੱਚ ਉਹ ਤਰਨ ਤਾਰਨ ਤੋਂ ਜਿੱਤੇ ਸੀ, ਅਤੇ ਇਸ ਕਰਕੇ ਸਿਮਰਜੀਤ ਮਾਨ ਦਾ ਵੀ ਦਬਦਬਾ ਜਿਹੜਾ ਪੂਰਾ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਨੂੰ, ਜਿਹੜੀ ਉਹਨਾਂ ਦੀ ਕਹਿੰਦੇ ਨੇ ਕਿ ਰਾਜਧਾਨੀ ਹੈ ਸਾਡੀ, ਹਾਲਾਂਕਿ ਇਸ ਧਾਰਨਾ ਨੂੰ ਪਿਛਲੀ ਵਾਰ ਬਾਈ ਇਲੈਕਸ਼ਨ ਦੇ ਵਿੱਚ ਸੰਗਰੂਰ ਵਾਲਿਆਂ ਨੇ ਤੋੜਤਾ ਸੀ, ਪਰ ਉਸ ਤੋਂ ਬਾਅਦ ਹੋਈ ਬਾਈ ਇਲੈਕਸ਼ਨ ਜਲੰਧਰ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਜਿੱਤੀ ਸੀ, ਅਤੇ ਮੁਕਾਬਲਾ ਬੜਾ ਦਿਲਚਸਪ ਹੋਵੇਗਾ, ਜਿੱਤ ਹਾਰ ਲੋਕਾਂ ਨੇ ਤੈਅ ਕਰਨੀ ਹੈ, ਪਰ ਇੱਕ ਚੀਜ਼ ਜਿਹੜੀ ਜ਼ਰੂਰ ਮੰਨੀ ਜਾ ਰਹੀ ਹੈ ਕਿ ਖਹਿਰਾ ਅਤੇ ਸਿਮਰਜੀਤ ਬੈਂਸ ਨੇ ਜਿਹੜੇ ਮਾਨ ਨੇ ਜਿਹੜੇ ਉਹ ਇੱਕ ਦੂਜੇ ਦੀਆਂ ਵੋਟਾਂ ਜ਼ਰੂਰ ਤੋੜਨਗੇ, ਅਤੇ ਜਿਹੜਾ ਫਾਇਦਾ ਉਹ ਕਾਂਗਰਸ ਨੂੰ ਹੋ ਸਕਦਾ, ਅਤੇ ਕਾਂਗਰਸ ਅਤੇ ਅਕਾਲੀ ਦਲ ਦੀ ਜਿਹੜੀ ਪੱਕੀ ਵੋਟ ਬੈਂਕ ਆ ਉਹ ਜ਼ਰੂਰ ਪੈਣੀ ਹੈ।